ਜਿਹੜੇ ਸਾਡੇ ਡਾਇਰੈਕਟਰ ਸਾਹਿਬ ਆ ਵਿਕਾਸ ਬਾਈ ਜੀ ਹੋਣੀ, ਉਹਨਾਂ ਨੂੰ ਕਈ ਵਾਰ ਮੈਂ ਸਵਾਲ ਕਰਦਾ ਸੀਗਾ ਵੀ ਵੀਰੇ ਇੱਧਰ ਜੀ ਨੂੰ ਕਿਉਂ ਵੇਖਣਾ, ਵੀ ਇੱਥੇ ਮੱਖੀ ਜਾ ਰਹੀ, ਮੈਂ ਕਿੱਥੇ ਮੱਖੀ ਆਉਂਦੇ ਜੀ ਪੈਣੀ ਮੱਖੀ ਨਾਲ, ਕਹਿੰਦੇ ਰੇਟ ਨਹੀਂ ਬਣਿਆ ਤੁਸੀਂ ਕੰਮ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸਹਿਜ ਜਗੀਰਦਾਰ ਤੁਹਾਡਾ ਚੈਨਲ ਫਿਲਮੀਗੜ ਤੋਂ, ਤੇ 15 ਮਾਰਚ ਨੂੰ ਇੱਕ ਫਿਲਮ ਆ ਰਹੀ ਹੈ ਜੱਟ ਨੂੰ ਚੜੈਲ ਟੱਕਰੀ, ਤੇ ਉਹਦੇ ਵਿੱਚ ਦੋ ਅਹਿਮ ਕਿਰਦਾਰ ਸਾਡੇ ਨਾਲ ਮੌਜੂਦ ਨੇ, ਦੀਦਾਰ ਗਿੱਲ ਭਾਜੀ ਤੇ ਰਵਿੰਦਰ ਮੰਡ ਜੀ, ਆਜੋ ਗੱਲਬਾਤ ਕਰੀਏ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਬਹੁਤ 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 ਧੰਨਵਾਦ, ਤੁਸੀਂ ਆਪਣੇ ਰਜੇਵਿਆਂ ਚੋਂ ਟਾਈਮ ਕੱਢ ਕੇ ਆਏ ਹੋ ਫਿਲਮੀਗੜ ਚੈਨਲ, ਹੈ ਨਾ, ਨਵਾਂ ਨਾਮ, ਥੈਂਕ ਯੂ ਯਾਰ। ਤੁਹਾਡਾ ਨਾਮ ਕੀ ਹੈ, ਦੁਬਾਰਾ ਦੱਸਿਓ ਤੁਹਾਡਾ ਨਾਮ ਵੀ। ਸਹਿਜ ਜਗੀਰਦਾਰ। ਸਹਿਜ ਜਗੀਰਦਾਰ, ਪਹਿਲੀ ਵਾਰ ਸੁਣਿਆ ਯਾਰ, ਬੜਾ ਵਧੀਆ ਨਾਮ। ਪੂਰਾ ਨਾਮ ਸਰ ਜਗੀਰਦਾਰ ਸਹਿਜਪ੍ਰੀਤ ਸਿੰਘ ਭੰਗੂ। ਅੱਛਾ, ਬਿਲਕੁਲ ਜੀ, ਤਿੰਨ ਬੰਦਿਆਂ ਦਾ ਇਕੱਠੇ ਹੀ ਰੱਖ ਲਿਆ। ਬਿਲਕੁਲ ਜੀ, ਬਿਲਕੁਲ। ਚਲੋ ਥੈਂਕ ਯੂ, ਬਿਲਕੁਲ ਜੀ, ਸ਼ੁਕਰੀਆ, ਵੈਲਕਮ, ਸਵਾਗਤ। ਤੇ ਫਿਲਮ ਦੇ ਟ੍ਰੇਲਰ ਤੋਂ ਆਪਾਂ ਜਦ ਦੇਖਦੇ ਹਾਂ ਕਿ ਬਿਲਕੁਲ ਹੀ ਨਵਾਂ ਕਨਸੈਪਟ ਹੈ, ਤੇ ਆਪਾਂ ਜਦ ਦੇਖਦੇ ਹਾਂ ਕਿ ਵਿੱਚ VFX ਦਾ ਬਹੁਤ ਵਧੀਆ ਕਮਾਲ ਕੰਮ ਕੀਤਾ ਗਿਆ, ਤਾਂ ਜਦ ਤੁਸੀਂ ਸ਼ੂਟ ਕਰ ਰਹੇ ਸੀਗੇ ਤੇ ਜਦ ਤੁਸੀਂ ਟ੍ਰੇਲਰ ਦੇਖਿਆ, ਸਭ ਕੁਝ ਇਫੈਕਟਸ ਲੱਗੇ ਹੋਏ ਸੀਗੇ, ਤਾਂ ਤੁਹਾਨੂੰ ਕਿਵੇਂ ਦਾ ਲੱਗਿਆ? ਕਿਉਂਕਿ ਜਦ ਸ਼ੂਟਿੰਗ ਹੁੰਦੀ ਸੀ ਤਦ ਤਾਂ ਕੁਛ ਵੀ ਨਹੀਂ ਐਵੇਂ ਸੀਗਾ, ਜਦ ਤੁਸੀਂ ਟ੍ਰੇਲਰ ਦੇਖਿਆ ਅੱਖਾਂ ਵੀ ਲਾਲ ਸੀਗੀਆਂ, ਸਭ ਕੁਝ ਮਤਲਬ ਬਿਲਕੁਲ ਇਫੈਕਟਸ ਨਾਲ ਸੀਗਾ, ਤਾਂ ਕਿਵੇਂ ਦਾ ਤੁਹਾਨੂੰ ਲੱਗਿਆ ਉਹਨੂੰ ਦੇਖ ਕੇ? ਮੈਂ ਨਾ ਆਪਣੇ ਫਿਲਮ ਚੱਲਦਿਆਂ ਜਦੋਂ ਟੇਕ ਕਰਦੇ ਸੀਗੇ ਇੱਦਾਂ ਦਾ ਵੀ ਇੱਥੋਂ ਵਜੋਂ ਐਂ ਕਰਕੇ ਮੱਖੀ ਨਿਕਲੂਗੀ ਜੀ, ਜੇ ਉਹ ਮੈਂ ਪਹਿਲੋਂ ਨਹੀਂ ਸੀਗਾ ਕੀਤਾ ਕੋਈ ਇੱਦਾਂ ਦਾ ਕੰਮ ਜਿਹਦੇ ਵਿੱਚ VFX ਦਾ ਕੋਈ ਕੰਮ ਹੋਵੇ, ਜਿੰਨੀਆਂ ਕੁ ਫਿਲਮਾਂ ਕੀਤੀਆਂ। ਸੋ ਮੈਂ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਆ ਵਿਕਾਸ ਬਾਈ ਜੀ ਹੋਣੀ, ਉਹਨਾਂ ਨੂੰ ਕਈ ਵਾਰ ਮੈਂ ਸਵਾਲ ਕਰਦਾ ਸੀਗਾ ਵੀ ਵੀਰੇ ਇੱਧਰ ਜੀ ਨੂੰ ਕਿਉਂ ਵੇਖਣਾ, ਆਉਂਦਾ ਵੀ ਇੱਥੇ ਮੱਖੀ ਜਾ ਰਹੀ, ਮੈਂ ਕਿੱਥੇ ਮੱਖੀ ਆਉਂਦੇ ਜੀ ਪੈਣੀ ਮੱਖੀ ਪਾਵਾਂਗੇ, ਮੱਖੀ ਨਾਲ ਕਹਿੰਦੇ ਰੇਟ ਨਹੀਂ ਬਣਿਆ ਤੁਸੀਂ ਕੰਮ ਕਰੋ, ਵੀ ਉਹ ਕੰਪਿਊਟਰ ਨਾਲ ਮੱਖੀ ਪਾਉਣੀ। ਮੈਂ ਕਿਹਾ ਭਾਜੀ ਉਹ ਕਿੱਦਾਂ ਆਉਂਦਾ, ਬਾਈ ਯਾਰ ਤੁਸੀਂ ਕਰੋ ਮੈਨੂੰ, ਮੈਂ ਵਰਕ ਕੀਤਾ ਹੋਇਆ ਵਾ ਇੱਥੇ। ਸੋ ਕੁਛ ਚੀਜ਼ਾਂ ਉਹਨਾਂ ਨੂੰ ਪਤਾ ਸੀਗੀਆਂ, ਬਹੁਤ ਜ਼ਿਆਦਾ ਬਰੀਕੀਆਂ ਸੀਗੀਆਂ, ਨਵੀਆਂ ਸੀਗੀਆਂ। ਮੰਡ ਸਾਹਿਬ ਨੇ ਹੋ ਸਕਦਾ ਇਹ ਚੀਜ਼ਾਂ ਪਹਿਲਾਂ ਕੀਤੀਆਂ ਹੋਣ, ਪਰ ਮੇਰੇ ਲਈ ਫਸਟ ਟਾਈਮ ਸੀਗਾ। ਨਹੀਂ ਮੈਂ ਕੀਤੀਆਂ ਤਾਂ ਨਹੀਂ ਇੰਨੀਆਂ ਜ਼ਿਆਦਾ, ਬਟ ਮੇਰੇ ਵਿਜ਼ਨ 'ਚ ਚੱਲਦਾ ਸੀ ਜਿੱਥੇ ਜੇ ਦਿਖਾਉਂਦੇ ਸੀ ਵੀ ਆਹ ਇੱਥੇ ਲੁੱਕ ਮਗਰੋਂ ਆ ਜਾਂਦੀ ਹੈ, ਉੜੀ ਜਾਂਦੀ ਹੈ, ਇਹਦੇ ਪਿੱਛੇ ਨੱਠ ਭੱਜ ਕਾਫੀ ਸੀ ਨਾ, ਹੈ ਨਾ, ਭੱਜੇ ਫਿਰਦੇ ਸੀ, ਉਦੋਂ ਲੱਗਦਾ ਸੀ ਮਾਇੰਡ 'ਚ ਛਪੀ ਹੋਈ ਸੀ ਵੀ ਹਾਂ ਅਸੀਂ ਮੱਖੀ ਦੇ ਪਿੱਛੇ ਭੱਜੇ ਜਾ ਰਹੇ ਹਾਂ। ਉਹ ਤਾਂ ਹੁਣ ਡਾਇਰੈਕਟਰ ਸਾਹਿਬ ਨੇ ਜਿਵੇਂ ਜਿਵੇਂ ਦੱਸਿਆ ਉਹਨਾਂ ਦੇ ਸਾਰਾ ਕੁਝ ਛਪਿਆ ਹੋਇਆ ਸੀ ਪਹਿਲਾਂ ਹੀ ਅੰਦਰ, ਹੈ ਨਾ। ਤਾਂ ਫਿਲਮ ਦੇ ਵਿੱਚ ਨਾ ਜਿਵੇਂ ਟ੍ਰੇਲਰ 'ਚ ਦੇਖਿਆ ਜਾਂਦਾ ਕਿ ਪਿੰਡ ਵਿੱਚ ਵਾਧੂ ਸ਼ੂਟਿੰਗ ਕੀਤੀ ਗਈ ਹੈ, ਤੇ ਉਹਦੇ ਵਿੱਚ ਜਿਹੜੇ ਸ਼ਾਟ ਸੀਗੇ ਕਾਫੀ ਫੋਰਟ ਦੇ ਵੀ ਸੀਗੇ, ਤਾਂ ਉਹ ਕਿੱਥੇ ਰਾਜਸਥਾਨ 'ਚ ਤੁਸੀਂ ਸ਼ੂਟਿੰਗ ਕੀਤੀ ਹੈ, ਕਿੱਥੇ ਮਤਲਬ ਫੋਰਟ ਬੜੇ ਸੋਹਣੇ ਸੀਗੇ ਜਿੱਥੇ ਤੁਹਾਡੀ ਲਾਈਕ ਦਿਖਾਇਆ ਗਿਆ ਉੱਥੇ, ਤੁਸੀਂ ਉਹ ਕੀ ਕਹਿਣਾ ਚਾਹੋਗੇ, ਉਹਨੇ ਕਿਵੇਂ ਲੱਗਿਆ ਉੱਥੇ? ਉਹ ਕਾਂਗੜੇ ਸੀ ਇੱਕ ਤਾਂ, ਹੈ ਨਾ, ਕਾਂਗੜੇ ਪਹਾੜੀਆਂ ਦੇ ਉੱਤੇ, ਉੱਥੇ ਕਾਫੀ ਹੈਗਾ ਫੇਮਸ ਮੇਰਾ ਖਿਆਲ ਹੈਗਾ ਕਿਲਾ ਉੱਥੇ ਪੁਰਾਣਾ ਕਾਂਗੜਾ ਫੋਰਟ, ਉਹਦੇ 'ਚ ਕੀਤਾ, ਹੈ ਨਾ। ਤੇ ਬਾਕੀ ਅਬੋਹਰ ਵਾਲੇ ਪਾਸੇ ਸੀ ਬਰਿਆਮ ਖੇੜਾ ਪਿੰਡ, ਉਹ ਤੇ ਹਾਂਜੀ ਹਵੇਲੀਆਂ ਉੱਧਰ ਹਵੇਲੀਆਂ 'ਚ ਲੋਕਾਂ ਕੋਲ, ਤੇ ਕਾਫੀ ਲੋਕੇਸ਼ਨਾਂ ਤੇ ਅਲੱਗ ਅਲੱਗ ਜਗ੍ਹਾ ਤੇ ਗਏ ਹਨ। ਜਿਵੇਂ ਫਿਲਮ ਦੇ ਵਿੱਚ ਨਿਰਮਲ ਰਿਸ਼ੀ ਮੈਮ ਵੀ ਹੈਗੇ ਆ, ਤਾਂ ਉਹਨਾਂ ਨੂੰ ਹੁਣੀ ਹੁਣੀ ਪਦਮ ਸ਼੍ਰੀ ਅਵਾਰਡ ਵੀ ਮਿਲਿਆ, ਤਾਂ ਜਿਵੇਂ ਇੱਕ ਐਕਟਰ ਦਾ ਸੁਪਨਾ ਹੁੰਦਾ ਕਿ ਸਾਨੂੰ ਉਸ ਲੈਵਲ ਤੱਕ ਪਹੁੰਚ ਜਾਈਏ ਕਿ ਸਾਨੂੰ ਕਦੀ ਮਤਲਬ ਇੰਨਾ ਜ਼ਿਆਦਾ ਸਾਨੂੰ ਨਾ ਐਪਰੀਸੀਏਸ਼ਨ ਮਿਲੇ ਸਭ ਕੁਝ ਹੋਵੇ, ਤਾਂ ਤੁਸੀਂ ਮੈਂ ਨਾਲ ਕੰਮ ਕਰਦੇ ਸੀਗੇ ਤਾਂ ਤੁਹਾਨੂੰ ਕਿਵੇਂ ਦਾ ਮਤਲਬ ਮਹਿਸੂਸ ਹੁੰਦਾ ਕਿ ਅਸੀਂ ਵੀ ਕਦੇ ਉਸ ਲੈਵਲ ਤੱਕ ਪਹੁੰਚੀਏ, ਮਤਲਬ ਇੱਕ ਸਭ ਦਾ ਸੁਪਨਾ ਹੁੰਦਾ ਕਿ ਉਸ ਲੈਵਲ ਦਾ ਅਵਾਰਡ ਮਿਲਿਆ ਜਾਵੇ ਸਾਨੂੰ? ਭਾਜੀ ਇਹ ਤਾਂ ਨਹੀਂ ਪਤਾ ਵੀ ਉਹ ਲੈਵਲ 'ਤੇ ਕਦੋਂ ਪਹੁੰਚਾਂਗੇ, ਚਲੋ ਗੁਰੂ ਸਾਹਿਬ ਕਿਰਪਾ ਕਰਨ ਵੀ ਹਰੇਕ ਬੰਦਾ ਜਿਹੜਾ ਵੀ ਮਿਹਨਤ ਕਰ ਰਿਹਾ ਉਹਨੂੰ ਉਹਦਾ ਫਲ ਮਿਲੇ, ਪਰ ਇਹ ਵੀ ਮੇਰੇ ਲਈ ਆਪਣੀ ਪਰਸਨਲੀ ਮੈਨੂੰ ਖੁਸ਼ੀ ਬਹੁਤ ਹੁੰਦੀ ਹੈ ਵੀ ਮੈਂ ਇਹਨਾਂ ਲੋਕਾਂ ਨਾਲ ਕੰਮ ਕਰ ਰਿਹਾ, ਇਹਨਾਂ ਨਾਲ ਬੈਠ ਉੱਠ ਰਿਹਾ, ਇਹਨਾਂ ਦੀ ਸੰਗਤ ਕਰ ਰਿਹਾ, ਮੇਰੇ ਲਈ ਉਹ ਕਿਸੇ ਅਵਾਰਡ ਤੋਂ ਘੱਟ ਨਹੀਂ ਚੀਜ਼ਾਂ, ਹੈ ਨਾ। ਜਿੱਦਾਂ ਇਹ ਮੰਡ ਸਾਹਿਬ ਮੇਰੇ ਨਾਲ ਬੈਠੇ, ਮੇਰੇ ਤੋਂ ਬਹੁਤ ਸੀਨੀਅਰ ਨੇ, ਬਹੁਤ ਕਮਾਲ ਦੇ ਐਕਟਰ ਨੇ, ਜਾਂ ਆ ਫਿਲਮ ਦੇ ਵਿੱਚ ਆਪਾਂ ਕਿੰਨੇ ਗਿੱਪੀ ਭਾਜੀ ਹੋਣਾਂ ਨਾਲ ਕੰਮ ਕੀਤਾ, ਮੈਂ ਮੇਰੀ ਤਾਂ ਬਿਲਕੁਲ ਹੁਣ ਜੇ ਜਾਂ 2022 ਤੋਂ ਹੀ ਐਂਟਰੀ ਹੋਈ ਹੈ ਫਿਲਮਾਂ ਦੇ ਵਿੱਚ, ਹੈ ਨਾ। ਜੇ ਪਹਿਲਾਂ ਫਿਲਮਾਂ ਕਰਦਾ ਸੀਗਾ, ਨਹੀਂ ਕੰਮ ਮਿਲ ਰਿਹਾ, ਆਪਾਂ ਸੋਸ਼ਲ ਮੀਡੀਆ ਸ਼ੁਰੂ ਕਰ ਲਿਆ, ਹੁਣ ਨਵੇਂ ਸਿਰਿਓਂ ਕੰਮ, ਮੰਨ ਲਓ ਗਿੱਪੀ ਭਾਜੀ ਹੋਣੀ ਅੱਜ ਦੇ ਟ੍ਰੈਂਡਿੰਗ ਹੀਰੋ ਨੇ, ਹੈ ਨਾ, ਇਹਨਾਂ ਦੇ ਨਾਲ ਕੰਮ ਕਰਦਾ ਆ, ਬਾਕੀ ਐਮੀ ਵਿਰਕ ਭਾਜੀ ਹੋਣਾਂ ਨਾਲ ਕੰਮ ਕਰਦਾ, ਹੋਰ ਵੀ ਜਿਹਨਾਂ ਜਿਹਨਾਂ ਨਾਲ ਕੰਮ ਕਰਦਾ, ਮੇਰੇ ਲਈ ਉਹ ਅਵਾਰਡ ਹੀ ਹੈ ਇੱਕ।
ਉਹ ਕਿਸੇ ਅਚੀਵਮੈਂਟ ਤੋਂ ਘੱਟ ਨਹੀਂ ਹੈ, ਮੇਰੇ ਲਈ ਬੜੇ ਪ੍ਰਾਊਡ ਦੀ ਗੱਲ। ਮੈਨੂੰ ਸਾਨੂੰ ਲੱਗਦਾ ਵੀ ਮਾਤਾ ਜੀ ਨੂੰ ਅਵਾਰਡ ਮਿਲਿਆ ਉਹ ਸਾਡਾ ਸਾਂਝਾ ਹੀ ਹੈ, ਸਾਡਾ ਅਸੀਂ ਜਿਹੜਾ ਹਮੇਸ਼ਾ ਸਾਡੇ ਨਾਲ ਉਹ ਆਸ਼ੀਰਵਾਦ ਉਹਨਾਂ ਦਾ ਹਮੇਸ਼ਾ ਹਰ ਵਕਤ ਅਤੇ ਹਮੇਸ਼ਾ ਇਸੇ ਤਰ੍ਹਾਂ ਬਣਿਆ ਰਹੇ ਹਨ। ਸਾਰਿਆਂ ਨੂੰ ਬਹੁਤ ਖੁਸ਼ੀ ਹੋਈ, ਪੂਰੀ ਇੰਡਸਟਰੀ ਨੂੰ, ਹਰ ਬੱਚੇ ਬੱਚੇ ਨੂੰ, ਬੰਦੇ ਨੂੰ, ਵੱਡੇ ਨੂੰ, ਬਜ਼ੁਰਗ ਨੂੰ, ਬੀਬੀਆਂ ਭੈਣ ਨੂੰ, ਸਭ ਨੂੰ ਖੁਸ਼ੀ ਹੋਈ ਹੈ ਕਿ ਕਿਉਂਕਿ ਉਹ ਬਹੁਤ ਹੀ ਵਧੀਆ ਇਨਸਾਨ ਨੇ ਅਤੇ ਸਾਰਿਆਂ ਨੂੰ ਆਸ਼ੀਰਵਾਦ ਦਿੰਦੇ ਆ। ਅਤੇ ਕਦੋਂ ਲੌਂਗ ਦਾ ਲਿਸ਼ਕਾਰਾ ਫਿਲਮ ਜਿਹੜੀ ਬਿਲਕੁਲ ਛੋਟੇ ਸੀ ਉਦੋਂ ਉਹਨਾਂ ਨੂੰ ਲੌਂਗ ਦਾ ਲਿਸ਼ਕਾਰਾ ਦੇ ਵਿੱਚ ਗੁਲਾਬੋ ਮਾਸੀ ਦੇ ਕਿਰਦਾਰ 'ਚ ਦੇਖਿਆ ਸੀ ਅਤੇ ਅੱਜ ਆਪ ਜੋ ਸੁਪਨਾ ਲੈਂਦੇ ਸੀ ਸਾਡਾ ਪੂਰਾ ਹੋਇਆ ਉਹਨਾਂ ਦੇ ਨਾਲ ਕੰਮ ਕਰਨ ਦਾ, ਉਹਨਾਂ ਦੇ ਨਾਲ ਕੰਮ ਵੀ ਕੀਤਾ ਫਿਲਮਾਂ ਦੇ ਵਿੱਚ। ਅਤੇ ਵੱਡਾ ਆਸ਼ੀਰਵਾਦ ਹੈ, ਸਭ ਤੋਂ ਵੱਡਾ ਅਵਾਰਡ ਸਾਡੇ ਵਾਸਤੇ ਅਤੇ ਸਾਡਾ ਸਾਰਿਆਂ ਦਾ ਸਾਂਝਾ ਹੀ ਹੈ ਕਿਉਂਕਿ ਉਹ ਸਾਡੇ ਨੇ। ਹਾਂਜੀ, ਤੁਸੀਂ ਹੁਣ ਗੱਲ ਕੀਤੀ ਸੋਸ਼ਲ ਮੀਡੀਆ ਦੀ, ਤਾਂ ਸੋਸ਼ਲ ਮੀਡੀਆ ਕਰਕੇ ਨਾ ਅੱਜ ਕੱਲ੍ਹ ਬੰਦਾ ਨਾ ਵਾਈਡਰ ਆਡੀਅੰਸ ਤੱਕ ਪਹੁੰਚ ਜਾਂਦਾ ਬਹੁਤ ਜ਼ਿਆਦਾ। ਤਾਂ ਅਗਰ ਬੰਦਾ ਲਾਈਕ ਨਾ ਅਗਰ ਫਿਲਮਾਂ ਰੈਗੂਲਰ ਬੇਸਿਸ 'ਤੇ ਨਾ ਵੀ ਆ ਰਹੀਆਂ ਹੋਣ ਤਾਂ ਬੰਦੇ ਦੀ ਨਾ ਇੱਕ ਲਾਈਕ ਲੋਕਾਂ ਤੱਕ ਹੁੰਦਾ ਹੈ ਕਿ ਜਿਵੇਂ ਤੁਸੀਂ ਕੰਟੈਂਟ ਬਣਾਉਂਦੇ ਰਹਿੰਦੇ ਹੋ ਤਾਂ ਲੋਕਾਂ ਨੂੰ ਪਤਾ ਕਿ ਇਹ ਆ ਰਹੇ ਨੇ ਅਤੇ ਹੁਣ ਕੁਛ ਨਵਾਂ ਕਰਨ ਵਾਲੇ ਨੇ। ਤਾਂ ਤੁਸੀਂ ਸਰ ਜਿਵੇਂ ਥੋੜ੍ਹਾ ਘੱਟ ਰਹਿੰਦੇ ਹੋ, ਮਤਲਬ ਐਵੇਂ ਜਿਵੇਂ ਉਹ ਕੰਟੈਂਟ ਬਣਾਉਂਦੇ ਨੇ ਤੁਸੀਂ ਐਵੇਂ ਨਹੀਂ ਕਰਦੇ, ਤਾਂ ਤੁਸੀਂ ਕੀ ਮਤਲਬ ਕਰਨਾ ਕੀ ਚਾਹੁੰਦੇ ਹੋ ਕਿ ਨਾਗਾ ਆਡੀਅੰਸ ਤੱਕ ਤੁਸੀਂ ਬਣੇ ਰਹੋ, ਉਵੇਂ ਹੀ ਖਿੱਚਣਾ ਥੋੜ੍ਹੀ ਬਣੀ ਰਹੇ, ਤਾਂ ਉਹ ਕਿਵੇਂ ਲੱਗਦਾ? ਐਕਚੁਲੀ ਮੇਰਾ ਨਾ ਸੋਫਟਵੇਅਰ ਥੋੜ੍ਹਾ ਜਿਹਾ ਪੁਰਾਣਾ, ਵੀ ਸਲੋ ਮੋਸ਼ਨ ਹੈ ਕੰਮ, ਹੈ ਨਾ, ਪੁਰਾਣੇ ਹਿਸਾਬ 'ਚ ਥੋੜ੍ਹਾ ਜਿਹਾ ਉਹੀ ਹੈ ਵੀ ਟੀ ਵੀ ਸੀਰੀਅਲ ਵਗੈਰਾ ਕੀਤੇ ਹੈ ਜਾਂ ਫਿਲਮਾਂ 'ਚ 2014 ਤੋਂ ਬਾਅਦ ਐਂਟਰੀ ਕੀਤੀ ਹੈ ਨਾ, ਅਤੇ ਸੋਫਟਵੇਅਰ ਪੁਰਾਣੇ ਨੇ। ਤੋ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਹੈ ਜਿਵੇਂ ਦਰਦਾਰ ਉਹਨੀ ਨਵੇਂ ਉਹਦੇ 'ਚ ਇਹਨੂੰ ਹਿਸਾਬ ਕਿਤਾਬ ਹੈਗਾ ਅਤੇ ਇਹਨੂੰ ਆਉਂਦਾ ਵੀ ਹੈ ਬਣਾਉਣਾ ਉਸ ਤਰ੍ਹਾਂ। ਅਗਰ ਮੈਂ ਬਣਾ ਲਊਂਗਾ, ਮੈਂ ਬਣਾ ਤਾਂ ਲਊਂਗਾ, ਫਿਰ ਮੈਨੂੰ ਐਡੀਟਰ ਲੱਭਣਾ ਪਊਗਾ, ਮੈਂ ਕਿਸੇ ਤੋਂ ਐਡਿਟ ਕਰਾਉਂਦਾ ਫਿਰੂੰਗਾ ਕਿਉਂਕਿ ਉਹ ਚੀਜ਼ਾਂ ਦਾ ਮੈਨੂੰ ਤਜਰਬਾ ਘੱਟ ਹੈ। ਅਤੇ ਜਿੱਦਾਂ ਨੇ ਕਿਹਾ ਵੀ ਇਹ ਮਤਲਬ ਲਿਖਦੇ ਬਹੁਤ ਘੈਂਟ ਆ, ਇਹਨਾਂ ਦੀਆਂ ਲਿਖੀਆਂ ਗੱਲਾਂ ਕਈ ਮੈਂ ਬੋਲੀਆਂ ਆ। ਅੱਛਾ ਜੀ, ਵੀ ਉਹ ਬਹੁਤ ਜਿਹੜੀਆਂ ਮਿਲੀਨਾਂ ਦੇ ਵਿੱਚ ਚੱਲੀਆਂ ਹੋਈਆਂ, ਈਵਨ ਕਿ ਇਹਨਾਂ ਨੇ ਨਾ ਇੱਕ ਉੱਥੇ ਹੀ ਮੈਂ ਮੰਡ ਸਾਹਿਬ ਯਾਰ ਬਣਾਓ ਤੁਸੀਂ ਵੀ ਇਹਨਾਂ ਨੂੰ ਕਹਿ ਘੁਆ ਕੇ ਬਣਾ ਤੀ। ਉਹ ਨਾ ਭਾਜੀ ਰਾਤੋਂ ਰਾਤ 4 ਮਿਲੀਅਨ ਚੱਲ ਗਈ। ਅੱਛਾ ਜੀ, ਇਹਨਾਂ ਦਾ ਉੱਥੇ ਹੀ ਬੱਸ 'ਚ ਬੈਠਿਆ ਵੈਰੰਟੀ 'ਚ ਨਾ, ਜਦੋਂ ਕੋਈ ਸਮਾਂ ਸੀਗਾ ਤੇ ਜਸਟ ਇਹਨਾਂ ਨੇ ਨਾ ਬਹੁਤ ਜ਼ਿਆਦਾ ਵਾਇਰਲ ਹੋ ਗਈ, ਉਹ ਨਾ ਭਾਜੀ 4 ਮਿਲੀਅਨ ਚੱਲ ਗਈ। ਅੱਛਾ, 4 ਮਿਲੀਅਨ ਚੱਲ ਗਈ ਤੇ ਚੱਕਰ ਕੀ ਹੁੰਦਾ ਕਿ ਸੋਸ਼ਲ ਮੀਡੀਆ 'ਤੇ ਨਾ ਥੋੜ੍ਹੀ ਵਿਰੋਧ ਤਾਂ ਵੀ ਚੱਲਦੀ ਰਹਿੰਦੀ ਹੁੰਦੀ ਆ, ਹੈ ਨਾ, ਅਤੇ ਉਹ ਸੋਸ਼ਲ ਮੀਡੀਆ ਦੀ ਨਹੀਂ ਗੱਲ ਕੀਤੇ ਵੀ ਜਿਹੜਾ ਬੰਦਾ ਜਿਹਨੂੰ ਲੋਕ ਚਾਰ ਜਾਣਦੇ ਉਹਦੀ ਵਿਰੋਧ ਤਾਂ ਨਾਲ ਚੱਲਣੀ ਚੱਲਣੀ ਆ, ਔਰ ਇਹ ਸ਼ੁਰੂ ਤੋਂ ਲੈ ਕੇ ਚੱਲਦੀ ਆਉਂਦੀ। ਅਤੇ ਇਹਨਾਂ ਨੇ ਨਾ ਉਹ ਕਿਤੇ 2-4 ਕਿਤੇ ਕੋਈ ਕਿਸੇ ਨੇ ਕਹਿਤਾ ਵੀ ਤੈਨੂੰ ਨਹੀਂ ਇੱਦਾਂ ਦਾ ਬਣਾਉਣਾ ਚਾਹੀਦਾ, ਇਹ ਤਾਂ ਭੜਕਾਊ ਗੱਲ ਆ ਜਾਂ ਧਰਮ ਦੇ ਖਿਲਾਫ਼ ਹੈ ਜਾਂ ਕੁਛ ਕਹਿਤਾ ਵੀ ਤੂੰ ਕਿਸੇ ਚੀਜ਼ ਦਾ ਮਜ਼ਾਕ ਉਡਾਇਆ। ਭਾਜੀ ਹੈਗੇ ਇਮੋਸ਼ਨਲ, ਇਹਨਾਂ ਨੇ ਸਾਨੂੰ ਕੋਈ ਨਹੀਂ ਪੁੱਛਿਆ ਦੱਸਿਆ ਵੀ ਤੁਸੀਂ ਪੁੱਛ ਲਓ ਜਾਂ ਕਿੱਦਾਂ, ਇਹਨਾਂ ਨੇ ਰਾਤ ਜਾ ਕੇ ਵੀਡੀਓ ਡਿਲੀਟ ਕਰਤੀ। ਉਹ ਮੈਂ ਕਿਹਾ ਯਾਰ ਭਾਜੀ ਤੁਸੀਂ ਤੁਹਾਡੀ ਵੀਡੀਓ ਸੀ, ਚੱਕਰ ਆਇਆ ਵੀ ਜੇ ਇੰਨੇ ਬੰਦਿਆਂ ਨੇ ਦੇਖ ਲਈ ਉਹਨਾਂ ਨੂੰ ਖੁਸ਼ੀ ਹੋਈ, 2-4 ਦਾ ਦਿਲ ਟੁੱਟਿਆ ਕਾਹਦੇ ਵਾਸਤੇ ਚੱਕਰ ਵੀ ਯਾਰ, ਮੈਨੂੰ ਐਂ ਲੱਗਾ ਵੀ ਜਿਹੜੇ 4 ਬੰਦਿਆਂ ਦਾ ਦਿਲ ਟੁੱਟਿਆ ਉਹ ਨਹੀਂ ਟੁੱਟਣਾ। ਉਹ ਮੈਂ ਕਿਹਾ ਯਾਰ ਭਾਜੀ ਇਹ ਤਾਂ ਚੱਲਦਾ ਹੀ ਰਹਿੰਦਾ ਹੁੰਦਾ ਆ ਵੀ ਤੁਹਾਡਾ ਇੰਨੀ ਰੀਚ ਹੋ ਗਈ ਯਾਰ ਅਕਾਊਂਟ ਦੀ, ਰਾਤੋਂ ਰਾਤ 6 ਮਿਲੀਅਨ ਤੁਹਾਡੇ ਅਕਾਊਂਟ ਦੀ ਰੀਚ ਹੋ ਗਈ, ਔਰ ਤੁਸੀਂ ਤਾਂ ਅਗਲੀ ਵਾਰੀ ਕੁਛ ਵੈਸੇ ਵੀ ਗੱਲ ਬੋਲ ਕੇ ਪਾਉਂਦੇ ਤਾਂ ਕੋਈ 10-20 ਲੱਖ ਬੰਦਾ ਉਹਨੂੰ ਵੇਖਦਾ। ਸੋ ਭਾਜੀ ਹੁਣੀ ਥੋੜ੍ਹਾ ਹੈਗਾ ਢਿੱਲੇ ਨੇ, ਹੈਗਾ ਕਿਤੇ ਨਾ ਕਿਤੇ ਵੀ ਕਿਸੇ ਦਾ ਕਸੂਰ ਨਹੀਂ, ਇਹ ਆਪਣਾ ਹੀ ਹੈ, ਹੈ ਨਾ। ਸੋਸ਼ਲ ਮੀਡੀਆ ਦੇ ਵਿੱਚ ਬੈਨੀਫਿਟ ਦੀ ਗੱਲ ਕੀਤੀ ਜਾਵੇ ਉਹ ਤਾਂ ਬਹੁਤ ਨੇ, ਪਰ ਵਿੱਚੇ ਥੋੜ੍ਹਾ ਜਿਹਾ ਨੈਗੇਟਿਵ ਵੀ ਹੋ ਜਾਂਦਾ। ਹੁਣੀ ਤੁਹਾਡੇ ਨਾਲ ਹੋ ਕੇ ਹਟਿਆ ਸਰ, ਅਤੇ ਕਿਸੇ ਨੇ ਕਲਿੱਪ ਤੁਹਾਡੀ ਵਿੱਚ ਪਾਤੀ ਸੀਗੀ ਅਤੇ ਉਹਦੇ ਕਰਕੇ ਨੁਕਸਾਨ ਵੀ ਬਹੁਤ ਹੋ ਜਾਂਦੇ ਨੇ, ਤਾਂ ਉਹਦੇ ਬਾਰੇ ਤੁਸੀਂ ਕੀ ਕਹੋਗੇ ਸਰ? ਉਹ ਹੋ ਜਾਂਦੇ, ਪਰ ਭਾਜੀ ਮੈਂ ਸੀਰੀਅਸ ਹੀ ਨਹੀਂ ਲਿਆ ਉਹ ਗੱਲ ਨੂੰ। ਉਹਦਾ ਰੀਜ਼ਨ ਕੀ ਸੀਗਾ ਕਿ ਮੈਂ ਮੇਰੀ ਸਿੰਗਲ ਲਾਈਫ ਆ, ਹੈ ਨਾ, ਵੀ ਜੇ ਅਸਲੀ ਜਿੱਦਾਂ ਦਾ ਕੁਛ ਹੁੰਦਾ ਤਾਂ ਉਹਨੂੰ ਲਾ ਹੋ ਜਾਣੀ ਸੀ, ਤੁਹਾਡੇ ਹੀ ਮਿੱਤਰ ਭਰਾਵਾਂ ਨੇ ਉਹਨੂੰ ਉਹਦੇ ਕੋਲ ਜਾ ਵੜਨਾ ਹੈਗਾ ਵੀ ਹਾਂਜੀ ਕੀ ਹੋਇਆ ਜਾਂ ਕਿੱਦਾਂ ਦੇ, ਨਾਲੇ ਉਹਨਾਂ ਨੇ ਕਿਹੜਾ ਬਾਅਦ ਠੰਡੇ ਬਹਿਣਾ। ਸੋ ਮੈਂ ਤਾਂ ਵਿਆਹ ਕਰਵਾਇਆ ਹੀ ਨਹੀਂ ਬਾਈ, ਉਹ ਸਿੰਗਲ ਲਾਈਫ ਆਪਣੀ ਮੈਨੂੰ ਅੱਛੀ ਲੱਗਦੀ ਆ, ਮੈਂ ਉਹਨੂੰ ਜੀ ਰਿਹਾ। ਸੋ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਐਕਟਰ ਦੇ ਨਾਲ, ਇਹ ਚੀਜ਼ਾਂ
ਜਿੱਦਣ ਤੋਂ ਉਹਨੇ ਇਹ ਗੱਲ ਠਾਣ ਲਈ ਵੀ ਮੈਂ ਐਕਟਰ ਬਣਨਾ, ਸਿੰਗਰ ਬਣਨਾ, ਵੀ ਦੁਨੀਆ ਦੇ ਸਾਹਮਣੇ ਆਉਣਾ, ਇਹ ਚੀਜ਼ਾਂ ਨਾਲ ਨਾਲ ਚੱਲਣੀਆਂ ਨੇ ਚੱਲਣੀਆਂ ਬਿਲਕੁਲ, ਔਰ ਤੁਹਾਨੂੰ ਮਾਇੰਡ ਸੈੱਟ ਕਰਕੇ ਇਹ ਲਾਈਨ ਜੁਆਇਨ ਕਰਨੀ ਚਾਹੀਦੀ ਹੈ ਵੀ ਇਹ ਚੀਜ਼ਾਂ ਚੱਲਣਗੀਆਂ। ਸੋ ਇਹ ਚੀਜ਼ ਛੋਟੇ ਦਿਲ ਵਾਲਾ ਬੰਦਾ ਜਿਹੜਾ ਉਹ ਹਾਰ ਜਾਂਦਾ। ਸੋ ਅਸੀਂ ਦਿਲ ਆਪਣੇ ਬਹੁਤ ਵੱਡੇ ਬਣਾ ਕੇ ਆਏ ਹਾਂ ਵੀ ਸਾਨੂੰ ਪਤਾ ਆ ਵੀ ਇਹ ਚੀਜ਼ਾਂ ਹੋਣੀਆਂ ਨੇ, ਇਹ ਚੱਲਣੀਆਂ। ਵਿਰੋਧ ਤਾਂ ਹਰ ਚੰਗੀ ਚੀਜ਼ ਦੀ, ਮਾੜੀ ਚੀਜ਼ ਦੀ ਵਿਰੋਧ ਤਾਂ ਹੁੰਦੀ ਹੁੰਦੀ ਹੈ ਨਾ। ਡੋਂਟ ਕੇਅਰ, ਮੈਂ ਇਹਨਾਂ ਚੀਜ਼ਾਂ ਦੀ ਕਦੀ ਕੇਅਰ ਨਹੀਂ ਕਰਦਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਜਿਹੜੇ ਲੋਕਾਂ ਨੇ ਇਹ ਕੰਮ ਕੀਤਾ ਜਾਂ ਪੁਸ਼ਟੀ ਕਰਨ ਤੋਂ ਬਿਨਾਂ ਅੱਗੇ ਸ਼ੇਅਰ ਕੀਤੀਆਂ, ਪਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਸਾਰਿਆਂ ਨੂੰ, ਮੈਂ ਇਹ ਕਹਿ ਸਕਦਾ। ਤੁਹਾਨੂੰ ਕਲੈਰੀਫਿਕੇਸ਼ਨ ਵੀ ਦੇਣੀ ਪੈ ਗਈ ਸੀਗੀ ਆ ਕੇ ਕਿ ਬਈ ਮੈਂ ਕੋਈ ਜਿਹਾ ਕੁਛ ਕਰਿਆ ਨਹੀਂ ਹੈਗਾ, ਤਾਂ ਤੁਸੀਂ ਐਂ ਕਰੇ ਨਾ ਕਰੋ ਨਾ। ਚਲੋ ਮੈਨੂੰ ਇਹ ਸੀਗਾ ਕਿ ਮੈਨੂੰ ਐਂ ਲੱਗਾ ਵੀ ਕਿਤੇ ਨਾ ਕਿਤੇ ਉਹ ਕਿਸੇ ਦੇ ਦਿਲ, ਵੈਸੇ ਤਾਂ ਮੈਨੂੰ ਬਹੁਤ ਸਾਰੇ ਫੋਨ ਮੈਸੇਜ ਕਾਲ ਆਈਆਂ ਵੀ ਯਾਰ ਸਾਨੂੰ ਪਤਾ ਵੀ ਸ਼ੂਟਿੰਗ ਦਾ ਵਾ ਵੀਡੀਓ। ਸੋ ਕਿਸੇ ਵੇਲੇ ਕੀ ਹੁੰਦਾ ਕਿ ਕਿਸੇ ਦੇ ਦਿਲ ਦਿਮਾਗ 'ਚ ਕੋਈ ਬਹਿ ਜਾਂਦੀ ਹੈ ਗੱਲ। ਸੋ ਮੈਂ ਤਾਂ ਕਰਕੇ ਉਹ ਮਾੜੀ ਜਿਹੀ ਜਸਟ ਮੈਂ ਸਪੈਸ਼ਲੀ ਕੋਈ ਸਫਾਈ ਨਹੀਂ ਦਿੱਤੀ ਉਸ ਚੀਜ਼ ਦੀ। ਮੈਨੂੰ ਇਹ ਸੀਗਾ ਵੀ ਓਕੇ ਜੋ ਤੁਸੀਂ ਸਮਝਣਾ ਵਾ ਯਾਰ ਤੁਹਾਨੂੰ ਕੀ ਕਰ ਸਕਦੇ ਹਾਂ। ਲੋਕ ਨਾ ਸਾਡੀ ਮਜ਼ਾਕ ਵਾਲੀ ਗੱਲ ਨੂੰ ਸੀਰੀਅਸ ਲੈ ਜਾਂਦੇ ਆ, ਸੀਰੀਅਸ ਗੱਲ ਨੂੰ ਮਜ਼ਾਕ 'ਚ ਲੈ ਜਾਂਦੇ ਨਾ, ਸੋ ਉਲਟ ਚੱਲਦਾ ਹੈ। ਸਰ ਤੁਹਾਡਾ ਤਾਂ ਜਿਵੇਂ ਵਿਆਹ ਨਹੀਂ ਹੋਇਆ, ਸਰ ਦਾ ਵਿਆਹ ਹੋਇਆ ਹੋਇਆ, ਅਤੇ ਜਦ ਤੁਸੀਂ ਆਪਣੀ ਵਾਈਫ ਨੂੰ ਟ੍ਰੇਲਰ ਦਿਖਾਇਆ ਅਤੇ ਉਹਦੇ 'ਚ ਜਿਵੇਂ ਚੜੈਲਾਂ ਨਾਲ ਟੱਕਰੀਆਂ ਹੋਈਆਂ ਨੇ ਤੁਹਾਨੂੰ, ਤਾਂ ਉਹਨਾਂ ਨੇ ਤੁਸੀਂ ਉਹਨਾਂ ਨੂੰ ਐਂ ਕਰਕੇ ਦੇਖਿਆ ਨਹੀਂ ਕਿ ਦੇਖ ਦੇਖ? ਨਹੀਂ, ਅਸਲ 'ਚ ਨਾ ਉਹ ਕਈ ਫਿਲਮਾਂ 'ਚ ਨਾਲ ਰਿਲੇਟ ਕਰਦੇ ਹੁੰਦੇ ਆ ਗੱਲਾਂ, ਇਹ ਤਾਂ ਆਪਣੇ ਘਰ ਦੀ ਕਹਾਣੀ ਜੀ ਲੱਗਦੀ, ਕਦੇ ਕਦੇ ਹੋ ਜਾਂਦਾ। ਬਟ ਉਹ ਮੇਰਾ ਸਾਥ ਬਹੁਤ ਦਿੰਦੇ ਹੈ, ਹੈ ਨਾ, ਇੰਨੇ ਮੇਰੇ ਫਿਲਮਾਂ ਦੇ ਵਿੱਚ ਵਿਆਹ ਹੋਏ, ਉਹਨਾਂ ਨੇ ਕਈ ਵਿਆਹਾਂ 'ਤੇ ਤਾਂ ਆਪ ਵੀ ਗਏ ਆ, ਕੋਈ ਇਤਰਾਜ਼ ਨਹੀਂ ਕਿਸੇ ਤਰ੍ਹਾਂ ਦਾ। ਉਹਨਾਂ ਨੂੰ ਪਤਾ ਸਾਡਾ ਇਸ ਕੰਮ ਤੋਂ ਘਰ ਚੱਲਦਾ, ਹੈ ਨਾ। ਉਹ ਕਹਿੰਦੇ ਜੇ ਪੈਸੇ ਆਉਂਦੇ ਚਾਹੇ 10-20 ਵਿਆਹ ਹੋਰ ਕਰਾ ਲਓ, ਫਿਲਮਾਂ ਦਾ ਕੀ, ਫਿਲਮਾਂ 'ਚ ਤਾਂ ਕਰਾ ਹੀ ਸਕਦੇ। ਬਿਲਕੁਲ ਬਿਲਕੁਲ। ਅਤੇ ਆਪਾਂ ਗੱਲ ਕੀਤੀ ਜਾਵੇ ਨਾ, ਜਿਵੇਂ ਆਪਾਂ ਸਰਦਾਰ ਬੰਦੇ ਜਦੋਂ ਪੱਗ ਆਪਾਂ ਨੂੰ ਨਾ ਸਕਰੀਨ 'ਤੇ ਬੰਨ੍ਹ ਕੇ ਜਾਂਦੇ ਤਾਂ ਬਹੁਤ ਵਧੀਆ ਲੱਗਦੀ ਹੈ, ਪਰ ਜਦ ਆਪਾਂ ਨੂੰ ਮਤਲਬ ਇਹ ਆ ਰੋਲ ਨਹੀਂ ਕਰਕੇ, ਆਪਾਂ ਜਿਵੇਂ ਤੁਸੀਂ ਫਿਲਮ 'ਚ ਦੇਖਿਆ ਜਾ ਰਿਹਾ ਮੇਕਅਪ ਕਰਾਇਆ ਹੋਇਆ ਹੈ ਸਭ ਨੇ, ਲਾਈਕ ਆਪਾਂ ਬਿਲਕੁਲ ਬੋਲਡ ਹੋਏ ਹੋਏ ਹਾਂ, ਤਾਂ ਉਹਦੇ 'ਚ ਤੁਹਾਨੂੰ ਕਿਵੇਂ ਦਾ ਲੱਗਿਆ ਸੀਗਾ? ਬਿਲਕੁਲ ਅਲੱਗ ਐਕਸਪੀਰੀਅੰਸ ਸੀਗਾ, ਉਹ ਕਿਵੇਂ ਦਾ ਤੁਹਾਨੂੰ ਮਤਲਬ ਮਹਿਸੂਸ ਹੋਇਆ, ਉਹ ਸਭ ਤੋਂ ਦੱਸੋ। ਐਕਚੁਅਲੀ ਨਾ ਇੱਕ ਆਰਟਿਸਟ ਹੈ ਜਿਹੜਾ, ਉਹਨੂੰ ਕਿਸੇ ਤਰ੍ਹਾਂ ਦੇ ਵੀ ਕਰੈਕਟਰ ਕਰਨੇ ਪੈ ਸਕਦੇ ਆ। ਤਾਂ ਇੱਕ ਫਿਲਮ ਦੇ ਵਿੱਚ ਮੈਂ ਨਿਰਮਲ ਰਿਸ਼ੀ ਮੈਡਮ ਜੀ ਉਹਨਾਂ ਦਾ ਸੱਸ ਦਾ ਰੋਲ ਵੀ ਕੀਤਾ ਹੋਇਆ ਨਾ, ਇੱਕ ਫਿਲਮ ਦੇ ਵਿੱਚ ਮੈਂ 2014-15 ਦੀ ਗੱਲ ਹੈ, ਮੈਂ ਉਹਨਾਂ ਦੀ ਸੱਸ ਵੀ ਬਣੇ। ਅਲੱਗ ਅਲੱਗ ਕਿਰਦਾਰ ਕਰਨੇ ਪੈਂਦੇ ਹੈ ਨਾ ਹਰੇਕ ਤਰ੍ਹਾਂ ਦੇ। ਸੋ ਮਹਿਸੂਸ ਹੁੰਦਾ ਕਿ, ਪਰ ਮੈਨੂੰ ਜ਼ਿਆਦਾਤਰ ਪੱਗ ਬੰਨ੍ਹ ਕੇ ਜਿਹੜੇ ਕਰੈਕਟਰ ਮੈਂ ਕਰਦਾ ਉਹ ਮੈਨੂੰ ਜ਼ਿਆਦਾ ਵਧੀਆ ਫੀਲਿੰਗ ਆਉਂਦੀ। ਤੁਹਾਨੂੰ ਕਿਵੇਂ ਦਾ ਲੱਗਿਆ ਸੀਗਾ? ਵਧੀਆ ਸੀਗਾ ਵੀਰੇ, ਨਵਾਂ ਐਕਸਪੀਰੀਅੰਸ, ਨਵੀਂ ਲੁੱਕ ਦੇ ਵਿੱਚ ਕੰਮ ਕਰਨ ਨੂੰ ਮਿਲਿਆ ਔਰ ਮੇਰੇ ਲਈ ਫਸਟ ਸੀਗਾ। ਸੋ ਵਧੀਆ ਲੱਗਾ, ਔਰ ਆਉਣ ਵਾਲੇ ਸਮੇਂ 'ਚ ਬਹੁਤ ਵੱਖ ਵੱਖ ਕਿਰਦਾਰਾਂ 'ਚ ਜਿਹੜੇ ਇੱਦਾਂ ਦੀਆਂ ਭੂਮਿਕਾਵਾਂ ਜਿਹੜੀਆਂ ਨਿਭਾਵਾਂਗੇ, ਔਰ ਜਿਹੜੀਆਂ ਪੰਜਾਬੀਆਂ ਨੇ ਮੇਰੇ ਤੋਂ ਇੱਕ ਉਮੀਦਾਂ ਲਾਈਆਂ ਨੇ, ਆਸਾਂ ਲਾਈਆਂ ਨੇ, ਉਹਨਾਂ 'ਤੇ ਆਪਾਂ ਖਰੇ ਉਤਰਾਂਗੇ। ਸੋ ਬਹੁਤ ਵਧੀਆ, ਇਹਦੇ ਵਿੱਚ ਵੀ ਬਹੁਤ ਸ਼ਾਨਦਾਰ ਕਿਰਦਾਰ ਹੈ ਆਪਣਾ ਜੱਟ ਨੂੰ ਜੜੇਲ ਟੱਕਰੀ 'ਚ। ਸੋ 15 ਮਾਰਚ ਨੂੰ ਆਪਣੀ ਫਿਲਮ ਰਿਲੀਜ਼ ਹੋ ਜਾਣੀ ਹੈ, ਅਤੇ ਸਿਰਾ ਲੱਗਾ ਪਿਆ ਆ, ਕੌਮੇਡੀ ਵਾਲਾ ਵੀ, ਸਿਚੁਏਸ਼ਨ ਵਾਲਾ, ਜੜੇਲ ਵਾਲਾ, ਮਤਲਬ ਹਾਂ। ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਸਾਰੇ ਪਰਿਵਾਰਾਂ ਦੇ ਨਾਲ ਜ਼ਰੂਰ ਆਪਣੇ ਰਿਝੇਵਿਆਂ 'ਚੋਂ ਟਾਈਮ ਕੱਢ ਕੇ 15 ਮਾਰਚ ਨੂੰ ਤੁਹਾਡੀ ਆਪਣੀ ਫੈਮਿਲੀ ਫਿਲਮ ਜੱਟ ਨੂੰ ਚੜੇਲ ਟੱਕਰੀ, ਤਾਂ ਸਾਰੇ ਜ਼ਰੂਰ ਪਹੁੰਚਿਓ ਜੀ 15 ਮਾਰਚ ਨੂੰ ਜੱਟ ਨੂੰ ਚੜੇਲ ਟੱਕਰੀ ਦੇਖਣ ਵਾਸਤੇ। ਥੈਂਕ ਯੂ ਸੋ ਮੱਚ। ਸ਼ੁਕਰੀਆ।